सत श्री अकाल जी, सारों का स्वागत है तुहाडे सारिआं दे व्लॉग दे विच। अज हैगी है दिवाली, असीं मना रहे हैं दिवाली ते दीवे दुवे लगे हुए, लाइटां चलन लियां वा, असीं अपने न्यू हाउस भी दीवे लगा के आए हैं, बड़ा मज़ा आ रहा वा। होप तुसीं भी इंजॉय कर रहे होंगे। तो है अज मैं अपने तुहानूं छोटे छोटे किड्स के नाल मिलावांगी। ये हैगा मेरा वड्डा बेटा गुरसारंग सिंह, ये हैगा जी छोटा बेटा गुरनाथ सिंह, गुरसारंग सिंह एंड गुरनाथ सिंह। तो पटाके पटूके चलावांगे, तुसीं भी चला रहे होंगे, मज़ा बड़ा आता वा। जरूर है दिवाली एक इहोजिहा फैसटिवल हैगा वा जिहदे विच हर कोई परसन इंजॉय करता वा। होली होवे, लोहड़ी होवे, बेशक इन्हां फंक्शनस दे उत्ते घट इंजॉय कीता जांदा, पर जिहड़ी दिवाली हुंदी आ इत्थे हर एक इंसान ने पटाके तो चलाउणे चलाउणे हुंदे आ। ते इह वी वेट करन दे आ जी, इह कदों पटाके चलाइए। रंग बिरंगियां आतिशबाजियां समान में उड़ रहियां ने, सोहणे 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 फुहारे जे निकल रहे ने। हुण असीं चलावांगे पटाके पटूके, ते जिन्हें भी बाहर पटाके चलते पे आवाज़ा सुन सुन के साड़ी बेचारी गड्डी डरती पई है, तो नाल नाल आवाज़ा कढ़न लई तुसीं भी आवाज़ सुन रहे होवोंगे। तो तुसीं भी करो इंजॉय, अभी भी चलाने पटाके, तो नाले तुहानूं माड़ा मोटा दस्सांगे भी अभी किहड़े किहड़े पटाके किदां किदां डर के चलाए। आस पास भी असीं गल करदे हां साडे गवांढियां दे नाल, बिकॉज साडे गवांढी आए आ जी कोठे दे उत्ते। ਸਾਡੇ ਗਵਾਂਢੀਆਂ ਦੀ ਕਿਉਂ ਜੀ ਕਿਉਂਕਿ ਆਈ ਹੈ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਕੀ ਕਰਨ ਆਇਆ ਕੋਠੇ ਤੇ? ਦੀਵਾਲੀ ਮਨਾ ਰਹੇ। ਕਿੱਦਾਂ ਦੀਵਾਲੀ ਮਨਾਓ? ਪਟਾਕਿਆਂ ਨਾਲ। ਪਟਾਕੇ ਕਿੱਥੇ? ਲਿਆ ਰਹੀ ਹੈ ਬਾਈ। ਵਾਹ, ਤੇ ਤੁਹਾਡਾ ਜਵਾਕ ਡਰੂਗਾ ਨਹੀਂ? ਨਹੀਂ ਡਰੇਗਾ। ਕਿਉਂ ਨਹੀਂ ਡਰੇ? ਹੁਸ਼ਿਆਰ ਹੈਗਾ। ਕਿੰਨਾ ਹੁਸ਼ਿਆਰ? ਬਹੁਤ ਹੁਸ਼ਿਆਰ। ਮੰਮੀ ਦੇ ਗਿਆ ਕਿ ਪਾਪਾ ਦੇ ਗਿਆ? ਪਾਪਾ ਦੇ ਗਿਆ। ਐਵੇਂ ਪਾਪਾ ਦੇ ਗਿਆ? ਮੰਮੀ ਵਿਚਾਰੀ ਦਾ ਕੋਈ ਨਾਮ ਨਹੀਂ, ਕੌਣ ਮੰਮੀ ਦੇ ਗਿਆ? ਪਾਪਾ ਦੇ ਗਿਆ। ਦੋਨਾਂ ਦੇ? ਪਿਆਰ ਪਾਪਾ ਦਾ ਕਰਦਾ। ਇਹ ਗਲਤ ਗੱਲ ਹੈ, ਪਿਆਰ ਗੁਆਂਢੀ ਦਾ ਵੀ ਬਹੁਤ ਕਰਦਾ। ਇਹ ਝੂਠਾ, ਪਾਪਾ ਸਾਰੀ ਦਿਹਾੜੀ ਘਰ ਨਹੀਂ ਰਹਿੰਦੇ, ਪਾਪਾ ਨਾਲ ਵੀ ਹੈ ਪਿਆਰ ਗੁਆਂਢੀ ਨਾਲ। ਸਾਰੀ ਦਿਹਾੜੀ ਘਰ ਨਹੀਂ ਰਹਿੰਦੇ, ਪਰ ਪਾਪਾ ਦਾ ਪਿੱਛਾ ਨਹੀਂ ਛੱਡਦੀ ਹੈ। ਇਹ ਵੀ ਪਟਾਕੇ ਚਲਾਉਣ ਆਈ ਹੈ ਜੀ। ਦੀਵਾਲੀ ਹੈਗੀ ਆ, ਗੱਲ ਕਰਨ ਡੇ ਤੁਸੀਂ ਵਲੌਗ ਦੇ ਵਿੱਚ, ਸਾਰਿਆਂ ਨੂੰ ਹੈਪੀ ਦੀਵਾਲੀ ਬੋਲਣਾ ਚਾਹੋਗੇ? ਸਾਰੇ, ਮੈਂ ਪੂਰੇ ਵਿਸ਼ਵ ਨੂੰ ਬੋਲਣਾ ਚਾਹਾਂਗਾ, ਹੈਪੀ ਹੈਪੀ ਦੀਵਾਲੀ, ਬੰਦੀ ਛੋੜ ਦਿਵਸ ਦੀਆਂ ਲੱਖ ਲੱਖ ਮੁਬਾਰਕਾਂ। ਅਤੇ ਭਾਜੀ ਦੀ ਵਾਈਫ ਵੀ ਆ ਗਏ ਆ ਦੀਵੇ ਲੈ ਕੇ, ਦੇਖੋ ਜੀ ਕਿਹੜੀ ਸੋਹਣੀ ਲੱਗ ਰਹੀ ਆ। ਹਾਏ ਭਾਬੀ। ਹੈਲੋ ਭਾਬੀ, ਕਿੱਦਾਂ ਭਾਬੀ? ਮੈਂ ਕਿਹਾ ਹਾਏ ਭਾਬੀ, ਤੁਸੀਂ ਸੁਣਾਓ ਭਾਬੀ? ਅਸੀਂ ਐਂਡ ਆਏ ਭਾਬੀ, ਤੁਸੀਂ ਡੇਟ ਕੀ ਕੀ ਅਜੇ? ਮਾਈ ਬਹੁਤ ਵਧੀਆ ਸੀ ਸਾਡੇ ਤਾਂ ਦੁਬਾਰਾ। ਠੀਕ ਆ ਜੀ, ਦੀਵਾਲੀ ਮਤਲਬ ਸਾਰੇ ਇੰਜੋਏ ਕਰਦੇ ਪਏ, ਤੁਸੀਂ ਵੀ ਕਰੋ ਇੰਜੋਏ। ਹੁਣ ਇਹ ਪਟਾਕੇ ਚਲਾਉਣ ਲੱਗੇ ਬਣਾਵਾਂਗੇ ਜੀ ਵੀਡੀਓ। ਫਰੈਂਡਸ, ਇਹ ਹੈਗੀ ਸਾਡੀ ਫੋਲ ਚੜੀਆਂ, ਤੁਸੀਂ ਦੇਖੋ। ਮੈਂ ਪਟਾਕੇ ਸਜਾਉਣ ਵਾਲਾ ਭਾਈ ਬਣਿਆ ਹੋਇਆ ਜੀ, ਜਿਵੇਂ ਦੁਕਾਨਾਂ ਦੇ ਉੱਤੇ ਉਹਨਾਂ ਨੇ ਸਜਾ ਸਜਾ ਕੇ ਰੱਖੇ ਹੁੰਦੇ ਆ ਨਾ, ਵੀ ਆਹ ਲੈ ਲਓ ਆਹ ਲੈ ਲਓ, ਪਰ ਮੈਂ ਦੁਕਾਨ ਨਹੀਂ ਲਾਈ, ਮੈਂ ਚਲਾਉਣੇ ਆ। ਅਤੇ ਵੇਖ ਲਓ, ਮਤਲਬ ਸਾਡੀਆਂ ਹਰਕਤਾਂ ਇੱਦਾਂ ਦੀਆਂ ਹੈਗੀਆਂ, ਸਾਡੇ ਗੁਆਂਢੀ ਵੀ ਖੁਸ਼ ਰਹਿੰਦੇ ਸਾਡੇ ਨਾਲ, ਦੰਦ ਕੱਢ ਰਹੇ ਆ ਮੂੰਹ ਖੋਲ ਖੋਲ ਕੇ, ਬਾਹਰ ਨਾ ਜਾਣ ਸੋਹਣੇ ਹੋ। ਅਤੇ ਅਸੀਂ ਨਾ ਜੀ ਪਟਾਕੇ ਤਾਂ ਲਿਆਉਂਦੇ ਆ, ਦੇਖ ਲਓ ਤੁਹਾਡੇ ਸਾਹਮਣੇ ਮੈਂ ਸਜਾ ਰਹੀ ਹਾਂ, ਪਤਾ ਨਹੀਂ ਕੀ ਲੈ ਕੇ ਆਏ ਮੇਰੇ ਹਸਬੈਂਡ ਲੈ ਕੇ ਆਏ ਆ। ਵੈਸੇ ਮੈਨੂੰ ਨੌਲੇਜ ਵੀ ਘੱਟ ਹੀ ਪਟਾਕਿਆਂ ਬਾਰੇ, ਆ ਕੀ ਆ? ਆਹ ਪੈਨਸਲਾਂ ਜੀ, ਜਵਾਕੇ ਲਿਖਦੇ ਅਸੀਂ ਇਹਨਾਂ ਨੂੰ ਚਲਾਉਂਦੇ ਹਾਂ, ਹਾਂ ਗੱਲ ਆ। ਅਤੇ ਦੂਜੀ ਗੱਲ ਇਹ ਹੈਗੀ ਆ, ਅਸੀਂ ਜੀ ਪਟਾਕੇ ਲਿਆਉਂਦੇ ਜਵਾਕਾਂ ਦੇ ਹਿਸਾਬ ਨਾਲ, ਅਤੇ ਦੂਜਾ ਪੋਲਿਊਸ਼ਨ ਨੂੰ ਮੁੱਖ ਰੱਖਦੇ ਹੋਏ, ਵੀ ਬਹੁਤਾ ਜ਼ਿਆਦਾ ਪੋਲਿਊਸ਼ਨ ਨਹੀਂ ਕਰੀਦਾ, ਜਿੰਨੇ ਵੱਡੇ ਪਟਾਕੇ ਉੰਨਾ ਜ਼ਿਆਦਾ ਪੋਲਿਊਸ਼ਨ। ਸੋ ਦੈਟ ਇਜ਼ ਵਾਈ ਆਈ ਵਾਂਟ ਟੂ ਟੈਲ ਯੂ, ਜ਼ਿਆਦਾ ਮੈਨੂੰ ਫੁੱਲ ਝੜੀਆਂ ਹੀ ਨਜ਼ਰ ਆ ਰਹੀਆਂ ਨੇ। ਓਏ ਹਲੋ ਜੀ, ਪਟਾਕੇ ਤੇ ਪਟਾਕਾ ਠਾ ਪਟਾਕਾ। ਬਸ ਇਹ ਕੱਚ ਦਾ ਵਾ। ਥੈਂਕ ਯੂ ਸੋ ਮਚ
ਹੁੰਦੇ ਰਹੋ। ਫਰੈਂਡਸ ਮੈਂ ਤੁਹਾਨੂੰ ਸਿਖਾਉਣੀ ਹੈ ਪਟਾਕੇ ਕਿਵੇਂ ਚਲਾਏ ਜਾਂਦੇ ਆ। ਇਹਨੂੰ ਇਦਾਂ ਕਰੀਦਾ ਵਾ, ਇਹ ਚੱਲਣ ਵਿੱਚ ਬਹੁਤ ਦਿਹਾੜੀ ਲਾਉਂਦੀ ਆ, ਇਸੇ ਕਰਕੇ ਇਹਨੂੰ ਫੁੱਲ ਝੜੀ ਕਹਿੰਦੇ ਆ। ਜਲਦੀ ਜਲਦੀ ਦੀਵੇ ਵੀ ਬੁਝਾ ਦਿੰਦੀ ਆ। ਦੀਵਾ ਨਾ ਬੁਝੇ ਇਸ ਕਰਕੇ ਸਾਵਧਾਨੀ ਦੇ ਨਾਲ ਵਰਤਦੇ ਹੋਏ ਅਸੀਂ ਚਲਾ ਦਿੱਤੀ ਹੈ ਜੀ ਫੁੱਲ ਝੜੀ। ਲਓ ਜੀ ਦੂਜਾ ਗਿਫਟ ਸਾਡਾ ਆ ਗਿਆ ਵਾ, ਫੁੱਲ ਝੜੀ। ਦੀਵਾਲੀ ਜੀ, ਥੈਂਕ ਯੂ ਸੋ ਮੱਚ ਡੀਅਰ। ਇੱਕ ਹੱਥ ਵਿੱਚ ਗਿਫਟ, ਇੱਕ ਹੱਥ ਵਿੱਚ ਫੁੱਲ ਝੜੀ, ਤੇ ਅੱਜ ਤੇ ਨਜ਼ਾਰੀ ਆ ਵੈਸੇ। ਦੀਵਾਲੀ ਰੋਜ਼ ਆਉਣੀ ਚਾਹੀਦੀ ਆ, ਅੱਜ ਸਵੇਰ ਦੀ ਚੰਗੀ ਦਿਹਾੜੀ ਬਣਨ ਲਈ। ਹੁਣ ਸਾਡੇ ਗੁਆਂਢੀ ਵੀ ਪਟਾਕੇ ਚਲਾਉਣ ਦੀ ਤਿਆਰੀ ਵਿੱਚ ਹੈਗੇ। ਭਾਜੀ ਕੀ ਲੈ ਕੇ ਆਏ ਜੀ, ਕਿਹੜਾ ਸਭ ਪਟਾਕੇ ਆ? ਹੈ ਪੂੰਡ ਪਟਾਕੇ, ਸ਼ੋ ਵੀ ਪੂੰਡ ਪਟਾਕਾ। ਦੁਨੀਆ ਦਾ ਸਭ ਤੋਂ ਵੱਡਾ ਪਟਾਕਾ ਲੈ ਕੇ ਆਏ ਆ ਜੀ ਸਾਡੇ ਗੁਆਂਢੀ। ਹਲੋ, ਇਹਦੀ ਆਵਾਜ਼ ਅੱਛਾ ਜੀ। ਆ ਸਾਡੇ ਗੁਆਂਢੀ ਅੰਡੀ ਇੱਕ ਹੋਰ ਆਏ ਆ। ਅਸੀਂ ਭਾਵੇਂ ਕਿਸੇ ਨੂੰ ਗਿਫਟ ਦਈਏ ਨਾ ਦਈਏ, ਪਰ ਸਾਡੇ ਗੁਆਂਢੀ ਐਡੇ ਚੰਗੇ ਹੈਗੇ, ਇਹਨਾਂ ਨੇ ਹਰ ਦੀਵਾਲੀ 'ਤੇ ਸਾਨੂੰ ਗਿਫਟ ਦੇਣਾ ਹੁੰਦਾ। ਅਸੀਂ ਥੋੜ੍ਹੀ ਜਿਹੀ ਢੀਠ ਹੈਗੇ ਹਾਂ, ਅਸੀਂ ਕੱਢੇ ਦੇ ਦਾਂਗੇ ਇਹਨਾਂ ਦੇ ਮੁੰਡੇ ਦਾ ਜਦੋਂ ਵਿਆਹ ਹੋਊਗਾ, ਸਾਰੀ ਕਸਰ ਇਕੱਠੀ ਕੱਢਾਂਗੇ। ਅਤੇ ਇਹਨਾਂ ਦੀ ਕੁੜੀ ਦਾ ਜਨਮ ਦਿਨ ਆਊਗਾ, ਅਸੀਂ ਉਦੋਂ ਦੇ ਦਾਂਗੇ। ਅਸੀਂ ਜੋ ਵੀ ਕਹਿੰਦੇ ਹਾਂ ਸੱਚ ਕਹਿੰਦੇ ਹਾਂ, ਸੱਚ ਕੇ ਸਿਵਾ ਕੁਛ ਨਹੀਂ ਕਹਿੰਦੇ। ਸਾਡੀ ਗੁਆਂਢੀ ਸਾਡੀ ਵਿਹੜੀ ਜਾ ਕੇ ਨਜ਼ਾਰਾ ਆ ਗਿਆ ਅੱਜ ਧਰਮ ਨਾਲ, ਅਤੇ ਐਡੇ ਐਡੇ ਵੱਡੇ ਪਟਾਕੇ ਚਲਾਉਣ ਡਏ ਆ। ਮੈਨੂੰ ਤਾਂ ਡਰ ਲੱਗਣ ਡਿਆ, ਮੈਂ ਫੁੱਲ ਝੜੀ ਚਲਾ ਕੇ ਚੱਲੀ ਹੈ ਥੱਲੇ। ਸਾਰਿਆਂ ਨੂੰ ਹੈਪੀ ਦੀਵਾਲੀ, ਗੁੱਡ ਨਾਈਟ, ਜਿਉਂਦੇ ਵੱਜਦੇ ਰਹੋ, ਖੁਸ਼ ਰਹੋ, ਆਨੰਦ ਮਾਣੋ, ਜਵਾਨੀਆਂ ਮਾਣੋ, ਬੁਢੇਪਾ ਵੀ ਮਾਣੋ, ਜਿਹਨੇ ਜੋ ਮਾਣਨਾ ਮਾਣੋ। ਬਾਏ ਬਾਏ ਟੂ ਆਲ ਐਂਡ ਹੈਪੀ ਦੀਵਾਲੀ ਟੂ ਆਲ।